ਅਗਲੀ ਵਾਰੀ ਮੇਰੇ ਫਰੈਂਡ ਆਉਣਗੇ ਨਾਲ ਖੇਡੀ ਮੇਰੇ ਪੁੱਤ ਉਹ ਕਿੰਨੇ ਖੇਡਣਗੀਆਂ ਗੇਮਾਂ ਤੇਰੀਆਂ ਗੇਮਾਂ ਕਿੱਦਾਂ ਖੇਡਣੀਆਂ। ਇੱਕ ਭਿਆਨਕ ਸੜਕੀ ਹਾਦਸੇ ਦੇ ਵਿੱਚ 25 ਸਾਲ ਦੇ ਡਾਕਟਰ ਅਤੇ ਉਸਦੇ ਇੱਕ ਦੋਸਤ ਦੀ ਮੌਤ ਹੋ ਗਈ। ਮਾਪਿਆਂ ਦਾ ਇਕਲੌਤਾ ਪੁੱਤ ਸੀ ਅਮੋਲਦੀਪ ਸਿੰਘ। ਖਤਰਨਾਕ ਐਕਸੀਡੈਂਟ ਦੇ ਵਿੱਚ ਇਹਨਾਂ ਦੋਵਾਂ ਦੀ ਜਾਨ ਨਿਕਲ ਗਈ। ਦੱਸਦੇ ਕਿ ADGP ਗੁਰਿੰਦਰ ਸਿੰਘ ਢਿੱਲੋਂ ਦਾ ਇਹ ਨੌਜਵਾਨ ਭਾਣਜਾ ਲੱਗਦਾ ਸੀ, ਕਾਰ ਦੇ ਵਿੱਚ ਸਵਾਰ ਹੋ ਕੇ ਆਪਣੇ 4 ਦੋਸਤਾਂ ਦੇ ਨਾਲ ਕਿਤੇ ਜਾ ਰਿਹਾ ਸੀ ਤਾਂ ਬਠਿੰਡਾ ਦੇ ਵਿੱਚ ਇਹ ਭਿਆਨਕ ਸੜਕੀ ਹਾਦਸਾ ਹੋਇਆ। ਮੌਕੇ 'ਤੇ 2 ਨੌਜਵਾਨਾਂ ਦੀ ਜਾਨ ਚਲੀ ਗਈ, 2 ਦੇ ਗੰਭੀਰ ਸੱਟਾਂ ਲੱਗੀਆਂ ਨੇ। ਪੂਰਾ ਪਰਿਵਾਰ ਇਸ ਵੇਲੇ ਸੋਗ ਦੀ ਲਹਿਰ ਦੇ ਵਿੱਚ ਡੁੱਬਿਆ ਹੋਇਆ। ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਸੁਚਾਨੀਆਂ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੌਤੇ ਪੁੱਤ 25 ਸਾਲ ਜਿਸ ਦੀ ਉਮਰ ਸੀ ਅਮੋਲਦੀਪ ਸਿੰਘ ਭਿਆਨਕ ਸੜਕੀ ਹਾਦਸੇ ਦੇ ਵਿੱਚ ਚਲਾ ਗਿਆ। ਬਠਿੰਡੇ ਦੇ ਵਿੱਚ ਇਹ ਭਿਆਨਕ ਸੜਕੀ ਹਾਦਸਾ ਹੋਇਆ। ਦੱਸਦੇ ਕਿ ਬਠਿੰਡੇ ਮਾਲ ਰੋਡ ਸੜਕ ਵਿੱਚ ਬਣੇ ਡਿਵਾਈਡਰ ਦੇ ਨਾਲ ਕਾਰ ਜਾ ਟਕਰਾਈ। ਇਸ ਹਾਦਸੇ ਦੇ ਵਿੱਚ 2 ਨੌਜਵਾਨਾਂ ਦੀ ਜਾਨ ਚਲੀ ਗਈ। ਇਸ ਮੌਕੇ ADGP ਗੁਰਿੰਦਰ ਸਿੰਘ ਢਿੱਲੋਂ ਨੇ ਬਠਿੰਡਾ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਮਾਲ ਰੋਡ 'ਤੇ ਮੌਜੂਦ ਉਸ ਡਿਵਾਈਡਰ ਨੂੰ ਠੀਕ ਕਰਵਾਇਆ ਜਾਵੇ ਤਾਂ ਜੋ ਅੱਗੇ ਤੋਂ ਅਜਿਹੇ ਹਾਦਸੇ ਉੱਥੇ ਨਾ ਹੋ ਸਕਣ, ਕਿਉਂਕਿ ਪਹਿਲਾਂ ਵੀ ਇਸ ਡਿਵਾਈਡਰ ਦੇ ਕਾਰਨ ਕਈ ਹਾਦਸੇ ਹੋ ਚੁੱਕੇ ਨੇ। ਸੋ 25 ਸਾਲ ਦਾ ਇਹ ਨੌਜਵਾਨ ਸੀ ਜਿਸਨੇ ਡਾਕਟਰ ਦੀ ਪੜ੍ਹਾਈ ਕੀਤੀ ਸੀ। ਕੁਝ ਹੀ ਦਿਨਾਂ ਦੇ ਵਿੱਚ ਇਸਨੇ ਡਾਕਟਰ ਲੱਗ ਜਾਣਾ ਸੀ, ਲੋਕਾਂ ਦੀ ਸੇਵਾ ਕਰਨੀ ਸੀ, ਪਰ ਉਸ ਤੋਂ ਪਹਿਲਾਂ ਹੀ ਇਹ ਭਾਣਾ ਵਾਪਰ ਗਿਆ। ਭਿਆਨਕ ਸੜਕੀ ਹਾਦਸੇ ਦੇ ਵਿੱਚ ਇਸ 25 ਸਾਲ ਦੇ ਡਾਕਟਰ ਦੀ ਜਾਨ ਚਲੀ ਗਈ। ਜੀ ਤੁਸੀਂ ਸਾਰੇ ਮੀਡੀਆ ਦੇ ਵੀਰ, ਛੋਟੇ ਵੀਰ ਭਰਾ ਆਏ ਹੋ, ਦੁੱਖ 'ਚ ਸ਼ਰੀਕ ਹੋਏ ਹੋ, ਤੁਹਾਡਾ ਵੀ ਧੰਨਵਾਦ। ਦੇਖੋ ਮੈਂ ਮੌਕਾ ਜਾ ਕੇ ਦੇਖਿਆ, ਮੈਂ ਮੋਰਚਰੀ 'ਚ ਗਿਆ, ਦੋਨੇ ਡਾਕਟਰ ਜਿਨ੍ਹਾਂ 'ਚ ਮੇਰਾ ਭਾਣਜਾ ਆ ਜਿਹੜਾ ਕਿ ਆਪਣੀ ਮੈਡੀਕਲ ਦੀ ਪੜ੍ਹਾਈ ਕੰਪਲੀਟ ਕਰਕੇ ਵਾਪਸ ਆਉਣ ਵਾਲਾ ਸੀ, ਦੋਨਾਂ ਦੀ ਮੌਕੇ 'ਤੇ ਡੈਥ ਹੋਈ ਹੈ। ਕਾਰ ਹੌਂਡਾ ਸਿਟੀ ਇਹ ਮੇਰੇ ਭਾਣਜੇ ਦੀ ਸੀਗੀ, ਲੇਕਿਨ ਇਹ ਪਿੱਛੇ ਬੈਠਾ ਸੀ ਰਾਈਟ ਸਾਈਡ 'ਤੇ। ਦੂਸਰਾ ਲੜਕਾ ਜਿਹਦੀ ਡੈਥ ਹੋਈ ਹੈ ਉਹ ਵੀ ਪਿੱਛੇ ਬੈਠਾ ਸੀ। ਇਹਨਾਂ ਦੇ 2 ਜੂਨੀਅਰ ਕਲੀਗ ਕਾਰ ਨੂੰ ਚਲਾ ਰਹੇ ਸੀ, ਇੱਕ ਜਿਹੜਾ ਇੱਕ ਸਾਹਮਣੇ ਬੈਠਾ ਸੀ ਇੱਕ ਚਲਾ ਰਿਹਾ ਸੀ, ਬਾਕੀ ਤਾਂ ਤਫਤੀਸ਼ ਦੇਖ ਲੈਣਗੇ ਕੀ ਹੋਇਆ। ਮੈਂ ਜ਼ਿਆਦਾ ਬਿਆਨ ਨਹੀਂ ਕਰਨਾ ਚਾਹੂੰਗਾ ਫੋਰ ਦਾ ਟਾਈਮਿੰਗ, ਮੈਂ ਆਪ ADG ਲੋਅ ਐਂਡ ਆਰਡਰ ਹੈ, ਮੇਰੇ ਕਮੈਂਟ ਕਿਸੇ 'ਤੇ ਕੋਈ ਅਸਰ ਨਾ ਕਰਨ। ਪਰ ਮੈਂ ਜੋ ਦੇਖਿਆ ਬਹੁਤ ਦੁੱਖ ਸੀ। ਮੈਂ ਜਿਹੜੇ ਦੂਸਰਾ ਲੜਕਾ ਲੁਧਿਆਣੇ ਤੋਂ ਦੀ ਜਿਨ੍ਹਾਂ ਦੀ ਡੈਥ ਹੋਈ ਆ ਉਹਦੇ ਫਾਦਰ ਸਾਹਿਬ ਨੂੰ ਵੀ ਮਿਲਿਆ। ਬਹੁਤ ਹੀ ਮੰਦਭਾਗੀ ਘਟਨਾ ਆ, ਕੋਈ ਸ਼ਬਦ ਅਲਫਾਜ਼ ਨਹੀਂ ਹੈਗੇ ਜਿਨ੍ਹਾਂ ਨਾਲ ਇਸ ਗੱਲ ਨੂੰ ਦੱਸਿਆ ਜਾ ਸਕਦਾ, ਕਿਹਾ ਜਾ ਸਕਦਾ, ਵਿਆਖਿਆ ਕੀਤੀ ਜਾ ਸਕਦੀ ਹੈ ਕਿ ਹੋਇਆ। ਬਟ ਇਹ ਪੱਕੀ ਗੱਲ ਹੈ ਕਿ 11:15 ਵਜੇ ਦਾ ਟਾਈਮ ਸੀ, ਚਾਰੋਂ ਜਾਣੇ ਗੱਡੀ ਦੇ ਵਿੱਚ ਸੀਗੇ ਔਰ ਮਾਲ ਰੋਡ ਦੇ ਉੱਪਰ ਸੈਂਟਰਲ ਰੇਲਿੰਗ ਦੇ ਨਾਲ ਗੱਡੀ ਟਕਰਾਈ ਹੈ। ਮੈਂ ਮੌਕਾ ਦੇਖਿਆ, ਮੌਕੇ 'ਤੇ ਦੇਖਿਆ ਜਿਹੜੀ ਉਹ, ਮੈਂ ਰਿਕੁਐਸਟ ਵੀ ਕਰੂੰਗਾ ਕਾਰਪੋਰੇਸ਼ਨ ਬਠਿੰਡਾ ਨੂੰ ਕਿ ਪਲੀਜ਼ ਉਸ ਸੈਂਟਰਲ ਰੇਲਿੰਗ ਦਾ ਜਿਹੜਾ ਇੰਜੀਨੀਅਰਿੰਗ ਡਿਫੈਕਟ ਆ ਉਹਨੂੰ ਇੱਕ ਵਾਰੀ ਗੌਰਿਆ ਜਾਏ, ਰਿਮੂਵ ਕੀਤਾ ਜਾਏ, ਕਿਉਂਕਿ ਮੇਰੀ ਪੁਲਿਸ ਟੀਮ ਜਿਹੜੀ ਉੱਥੇ ਖੜੀ ਸੀ, ਜਿਹੜੇ ਚਸ਼ਮਦੀਦ ਗਵਾਹ ਨੇ ਜਿਨ੍ਹਾਂ ਨੇ ਸਾਰਾ ਕੁਝ ਦੇਖਿਆ, ਉਹ ਕਹਿੰਦੇ ਜੀ ਉਸ ਜਗ੍ਹਾ 'ਤੇ ਕਾਫੀ ਐਕਸੀਡੈਂਟ ਹੁੰਦੇ ਨੇ। ਮੈਂ ਤਾਂ ਇਹੀ ਬੇਨਤੀ ਕਰੂੰਗਾ ਬਠਿੰਡਾ ਕਾਰਪੋਰੇਸ਼ਨ ਨੂੰ ਵੀ ਇੱਕ ਵਾਰੀ ਉਹਨੂੰ
ਇੰਜੀਨੀਅਰਿੰਗ ਦੇ ਤੌਰ 'ਤੇ ਵੀ ਦੇਖਿਆ ਜਾਏ ਕਿਸੇ ਹੋਰ ਬੱਚਿਆਂ ਦੀ ਨੌਜਵਾਨ ਦਾ ਲੌਸ ਨਾ ਹੋਏ। ਬਾਕੀ ਪਰਿਵਾਰ ਤੁਸੀਂ ਮਿਲੇ ਹੋ, ਤੁਸੀਂ ਦੇਖਿਆ ਮੇਰੀ ਭੈਣ ਛੋਟੀ ਮੇਰੇ ਤੋਂ, ਇਹ ਬੱਚਾ ਮੇਰੇ ਨਾਲ ਬਹੁਤ ਪਿਆਰ ਸੀਗਾ, ਮੇਰੇ ਨਾਲ ਹਰ ਇੱਕ ਤਰ੍ਹਾਂ ਦੀ ਆਪਣੀ ਉਸਦੀ ਵੇਵਲੈਂਥ 'ਤੇ ਮੇਰੀ ਵੇਵਲੈਂਥ 'ਤੇ ਜਾ ਕੇ ਵੀ ਗੱਲ ਕਰ ਲੈਂਦਾ ਸੀ। ਸਿਆਣਾ ਸੀ, ਹੱਸਮੁੱਖ ਸੀਗਾ ਔਰ ਸੈਂਸ ਆਫ ਹਿਊਮਰ ਬਹੁਤ ਸੀਗਾ। ਔਰ ਪਰਮਾਤਮਾ ਦੀ ਕੀ ਖੇਡ ਆ ਇਹ ਵਾਹਿਗੁਰੂ ਹੀ ਦੱਸ ਸਕਦਾ। ਸਰ, ਦੇਖਿਆ ਜਾਵੇ ਤਾਂ ਇਸ ਮੰਦਭਾਗੀ ਘਟਨਾ ਤੋਂ ਪਹਿਲਾਂ ਅਗਰ ਉਹ ਹੁਣ ਸਾਡੇ ਵਿੱਚ ਹੁੰਦੇ ਤਾਂ ਕਿੰਨੇ ਸਮੇਂ ਬਾਅਦ ਉਹਨਾਂ ਨੇ ਪਬਲਿਕ ਸਰਵਿਸ 'ਤੇ ਆ ਜਾਣਾ ਸੀ, ਕਿੰਨੀ ਦੇਰ ਬਾਅਦ ਉਹਨਾਂ ਨੇ ਪਬਲਿਕ ਦੇ ਵਾਸਤੇ ਸੇਵਾ ਕਰਨੀ ਸੀ? ਦੇਖੋ, ਅਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਜਿਹਨੇ ਮੈਡੀਕਲ ਦੀ ਪੜ੍ਹਾਈ ਕਰਨੀ ਆ, ਦਾਖਲਾ ਮੈਡੀਕਲ ਕਾਲਜ ਲੈਣਾ ਆ, ਉਹ ਆਪਣੀ ਇੱਕ ਸੁਰਤ ਹੋ ਕੇ ਅਤੇ 9ਵੀਂ 10ਵੀਂ ਤੋਂ ਪੜ੍ਹਾਈ ਸ਼ੁਰੂ ਕਰਦਾ ਹੈ। ਫਿਰ 4.5-5 ਸਾਲ ਮੈਡੀਕਲ ਕਾਲਜ ਦੇ ਨੇ, ਇਹ ਜਿਹੜੇ 7-8 ਸਾਲ ਦੇ ਨੇ ਇਹਦੇ ਲਈ ਇੱਕ ਵਾਰੀ ਫਕੀਰੀ ਵਾਂਗੂ ਪੜ੍ਹਨਾ ਪੈਂਦਾ। ਆ ਹੁਣ ਉਹਨਾਂ ਦੇ ਕੁਲੀਗ ਆਏ ਨੇ ਨਾਲ, 25 ਦੇ ਕਰੀਬ ਜਿਹੜੇ ਉਹਦੇ ਕੁਲੀਗ ਨੇ ਆਦੇਸ਼ ਮੈਡੀਕਲ ਕਾਲਜ ਦੇ, ਜਿਹੜੇ ਸੀਨੀਅਰ ਵੀ ਨੇ, ਮੈਂ ਨਾਲ ਦੇਖ ਕੇ ਮਹਿਸੂਸ ਕਰ ਰਿਹਾ ਸੀਗਾ ਕਿ ਮੈਂ ਇਹਨਾਂ 'ਚੋਂ ਉਹਨਾਂ ਨੂੰ ਲੱਭ ਰਿਹਾ ਸੀ ਕਿ ਸ਼ਾਇਦ ਉਹ ਸਾਹਮਣੇ ਆ ਜਾਊਗਾ, ਜਾਂ ਇਹ ਕਿਸੇ ਅੱਜ ਤੋਂ ਕੁਛ ਸਾਲ ਬਾਅਦ ਉਹਦੇ ਕਿਸੇ ਚੰਗੇ ਫੰਕਸ਼ਨ 'ਤੇ ਆਉਂਦੇ ਅਤੇ ਹੋਰ ਗੱਲ ਹੋਣੀ ਸੀ। ਪਰ ਇਹ ਆਏ ਨੇ, ਫਿਰ ਵੀ ਸਾਡੇ ਦੁੱਖ 'ਚ ਸਾਂਝਾ ਸ਼ਰੀਕ ਹੋਏ ਨੇ, ਉਹਨਾਂ ਨਾਲ ਪਿਆਰ ਸੀਗਾ ਅਤੇ ਆਏ ਨੇ, ਔਰ ਮਿਲਾਪੜਾ ਸੀਗਾ ਇੰਨਾ ਮੈਨੂੰ ਪਤਾ ਆ। ਔਰ ਆਸ ਉਮੀਦ ਕਰਦਾ ਕਿ ਇਹ ਲੜਕੇ ਬਿਲਕੁਲ ਜਿਵੇਂ ਤੁਸੀਂ ਪਹਿਲਾਂ ਕਿਹਾ ਹੈ ਕਿ ਇਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਇਹ ਵੀ ਦੇਖਣ ਕਿ ਜਿਹੜੇ ਮਾਂ ਪਿਓ ਮਾਤਾ ਪਿਤਾ ਇੰਨੀ ਮਿਹਨਤ ਕਰਦੇ ਨੇ, ਉਹਨਾਂ ਨੇ ਹੁਣੇ ਜਿਵੇਂ ਪੁੱਛਿਆ ਕਿ ਉਹਨੇ ਮੈਡੀਕਲ ਦੀ ਪੜ੍ਹਾਈ ਆਪਣੀ ਕੰਪਲੀਟ ਕਰ ਰਹੀ ਸੀ, ਅਗਲੇ ਹਫ਼ਤੇ ਉਹਨੇ ਵਾਪਸ ਆਉਣਾ ਸੀ, ਔਰ ਹੁਣ ਇਹ 8 ਸਾਲ ਦੀ ਫਕੀਰੀ ਦੀ ਮਿਹਨਤ ਉਹਨੇ ਪਬਲਿਕ ਸਰਵਿਸ 'ਤੇ ਲਗਾਉਣ ਦੀ ਕਰਨੀ ਸੀ। ਜਿਵੇਂ ਹੁਣੇ ਇਹਨਾਂ ਦੇ ਇੱਕ ਕੁਲੀਗ ਮਿਲੇ ਸੀ, ਕਹਿੰਦੇ ਮੈਂ PCMS ਕਰ ਰਿਹਾ, ਉਹ ਮੈਨੂੰ ਕਹਿੰਦਾ ਸੀ ਕਿ ਮਾਮਾ ਜੀ ਮੈਂ PG ਕਰਨੀ ਹੈ। ਮੈਂ ਕਈ ਵਾਰੀ ਹੁੰਦਾ ਪੁੱਛਦੇ, ਅੱਛਾ ਤੂੰ ਬਾਹਰ ਨਹੀਂ ਜਾਣਾ ਚਾਹੁੰਦਾ? ਕਹਿੰਦਾ ਨਹੀਂ ਜੀ ਬਿਲਕੁਲ, ਮੈਂ ਬਾਹਰ ਜਾਣ ਦੀ ਮੇਰੀ ਕੋਈ ਸੋਚ ਨਹੀਂ ਹੈ, ਨਾ ਨੀਅਤ ਹੈ, ਮੈਂ ਤਾਂ PG ਦੀ ਤਿਆਰੀ ਕਰਨੀ ਹੈ ਅਤੇ PG 'ਚ ਦਾਖਲਾ ਲੈਣਾ। ਤਾਂ ਮੈਂ ਉਹਨੂੰ ਕਹਿ ਰਿਹਾ ਸੀਗਾ ਕਿ ਤੁਸੀਂ ਠੀਕ ਹੈ ਪੜ੍ਹਾਈ ਕਰੋ ਔਰ PG ਦੀ ਤਿਆਰੀ ਕਰੋ ਔਰ ਕਰੋ। ਕਹਿੰਦਾ ਜੀ ਮੈਂ 6 ਮਹੀਨੇ ਇਹਦੇ ਲਈ ਲਗਾਊਂਗਾ, ਇਸ ਚੀਜ਼ ਨੂੰ ਸ਼ੁਰੂ ਕਰ ਸਕੇ ਤਾਂ ਵਾਹਿਗੁਰੂ ਪਹਿਲਾਂ, ਪਤਾ ਨਹੀਂ ਵਾਹਿਗੁਰੂ ਦੀ ਦਾਤ ਸੀ, ਉਹਨੇ ਹੀ ਦਿੱਤੀ ਸੀ, ਉਹ ਲੈ ਗਏ, ਇਸ ਗੱਲ ਦਾ ਕੋਈ ਜਵਾਬ ਨਹੀਂ ਹੈ। ਦੋਵੇਂ ਬੱਚੇ ਗਏ ਨੇ, ਬਹੁਤ ਦੁੱਖ ਆ। ਮੈਂ ਫਿਰ ਧੰਨਵਾਦ ਕਰਦਾ ਤੁਹਾਡਾ ਵੀ, ਉਹ ਬਠਿੰਡਾ ਪੁਲਿਸ, ਬਠਿੰਡਾ ਸਿਵਲ ਸਰਜਨ, ਉਹਨਾਂ ਦੀ ਟੀਮ, ਉਹਨਾਂ ਨੇ ਬੜੀ ਕੋਆਪਰੇਸ਼ਨ ਦਿੱਤੀ। ਇੱਥੇ ਗੁਰਦਾਸਪੁਰ ਪੁਲਿਸ ਨੇ ਵੀ ਬਹੁਤ ਕੋਆਪਰੇਟ ਕੀਤਾ, ਮੇਰੇ ਪਰਿਵਾਰ ਦੇ, ਮੇਰੀ ਭੈਣ ਦੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ। ਮੇਰੇ ਰਿਸ਼ਤੇਦਾਰ, ਦੋਸਤ ਮਿੱਤਰ, ਇਹਦੇ ਕੁਲੀਗ ਆਏ ਨੇ ਬੱਚੇ ਦੇ ਜਾਣ ਵਾਲੇ ਦੇ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ, ਬਹੁਤ ਬਹੁਤ ਸ਼ੁਕਰ। ਬਹੁਤ ਵਧੀਆ ਬੰਦਾ ਸੀਗਾ ਜੀ, ਮੇਰਾ 1 ਸਾਲ ਜੂਨੀਅਰ ਸੀਗਾ ਉਹ, ਅਤੇ ਮੇਰਾ ਕਿਵੇਂ ਬਹਿਣੀ ਉੱਠਣੀ ਐਵੇਂ ਵਧੀਆ ਪਿਆਰ ਪੈ ਗਿਆ ਸੀਗਾ ਜੀ ਕਾਫੀ ਦੇਰ ਤੋਂ, ਮਤਲਬ 2-3 ਸਾਲ ਹੋ ਗਏ ਇਕੱਠੇ ਸੀ। ਹਾਂਜੀ, ਕਿਵੇਂ ਦਾ ਐਕਸੀਡੈਂਟ ਜਿਹੜਾ ਤੁਹਾਨੂੰ ਪਤਾ ਲੱਗਾ, ਕਿਵੇਂ ਸਾਰੀ ਘਟਨਾ? ਇਹ ਜੀ ਮੈਂ ਤਾਂ ਉੱਥੇ ਸੀਗਾ ਨਹੀਂ ਉਸ ਟਾਈਮ, ਮੈਂ ਤਾਂ ਜਲੰਧਰ ਤੋਂ ਬਿਲੋਂਗ ਕਰਦਾ ਜੀ, ਅਤੇ ਜਿੰਨਾ ਕੁ ਸੁਣਨਾ ਚਾਹਿਆ ਜੀ ਇੰਨਾ ਪਤਾ ਲੱਗਿਆ ਵੀ ਐਕਸੀਡੈਂਟ ਹੋਇਆ ਸੀਗਾ ਉਹਨਾਂ ਦਾ, ਬਸ ਇੰਨੀ ਗੱਲ ਪਤਾ ਮੈਨੂੰ।